ਮਾਰੀ ਚੜਿਆ ਚੰਗੇ ਅੰਦਾਜ਼ ਬਿਸਮਿਲ੍ਲਾਹਿ ਮਿਨਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਨਾਇਦੇ ਵਾਜੂਲ ਇਤਰਾਮ ਬਜ਼ੁਰਗੋ ਦੋਸਤੋ ਅਜ਼ੀਜ਼ ਸਾਥੀਓ
ਤੁਸੀਂ ਸਾਰਿਆਂ ਦੀ ਖਿਦਮਤ ਵਿੱਚ ਮੇਰੀ ਤਰਫੋਂ, ਮੇਰੇ ਨਾਲ ਸ਼ੇਰ ਖਾਨ ਸਾਥੀ, ਰਾਜਾ ਨਦੀਮ ਨਾਜ਼ਰ ਸਾਹਿਬ ਇਹਨਾਂ ਦੀ ਤਰਫੋਂ, ਇਸ ਪੂਰੀ ਪਾਰਟੀ ਦੀ ਤਰਫੋਂ, ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤ। ਬਾਦਾ ਹਮਜ਼ਾ ਜ਼ੁਲਫਕਾਰ ਸਾਹਿਬ ਉਹਨਾਂ ਨੇ ਸ਼ਾਦੀ ਖਾਨ ਆਬਾਦੀ ਦੇ ਸਿਲਸਿਲੇ 'ਚ ਅਸਾਂ ਤੁਸੀਂ ਸਾਰੇ ਦੋਸਤ ਇੱਥੇ ਇਕੱਠੇ ਹੋਏ ਹਾਂ। ਇਸ ਪ੍ਰੋਗਰਾਮ ਵਾਸਤੇ ਜਿਹੜੀ ਖਸੂਸੀ ਚਾਹਤ ਤੇ ਮੁਹੱਬਤ ਸੀ ਉਹ ਸਾਡੇ ਹਰ ਦਿਲ ਮੌਸਮ ਮੇਰੇ ਭਾਈ ਜਨਾਬ ਚੌਧਰੀ ਸ਼ਾਹਿਦ ਕੇ ਖਾੜਕ ਨੰਦਨ ਲੱਗਾ ਉਹਨਾਂ ਦੀ ਖਸੂਸੀ ਮੁਹੱਬਤ, ਔਰ ਚੌਧਰੀ ਹਰੂਨ ਪਹਿਲਵਾਨ ਸਾਹਿਬ, ਚੌਧਰੀ ਰਮਜ਼ਾਨ ਸਾਹਿਬ ਬੋਸਤਾਨ ਸਾਹਿਬ ਚੇਤਰਪੜੀ ਨੰਦਨ ਲੱਗਾ ਜੀ, ਮਿਰਜ਼ਾ ਅਜ਼ੀਰ ਮੁਗਲਾਬਾਦ ਨਲਦਲ ਲਗਾ ਜੀ, ਉਸਮਾਨ ਰੋਲੀ ਚਿੱਤਰਪੜੀ ਨਲਦਲ, ਔਰ ਚੌਧਰੀ ਆਦਮ ਸਾਹਿਬ ਚਿੱਤਰਪੜੀ ਨਲਦਲ ਲਗਾ ਜੀ। ਔਰ ਜ਼ੇਰੇ ਸਰਪ੍ਰਸਤੀ ਇਹ ਪ੍ਰੋਗਰਾਮ ਜਿਹੜਾ ਆ ਪੀ ਕੇ ਕਲਚਰਲ ਗਰੁੱਪ ਪਾਕਿਸਤਾਨ ਬਰਤਾਨੀਆ ਨੰਬਰ ਇੱਕ, ਸਾਡੇ ਅਰਦਿਲ ਮੌਸਮ ਸਾਡੇ ਮੋਹਤਰਮ ਚੌਧਰੀ ਮਕਸੂਦ ਪੋਠੀ ਸਾਹਿਬ, ਚੌਧਰੀ ਸ਼ੇਰਾਜ਼ ਅਹਿਮਦ ਖਾਨ, ਦੇਰ ਤੁਸਾਂ ਔਰ ਅਸਾਂ ਆਹਮਣਾ ਸਾਹਮਣਾ ਰਵੇ, ਕੋਸ਼ਿਸ਼ ਇਹ ਕਰਿਆ ਹੈ ਕਿ ਪਿਆਰ ਮੁਹੱਬਤ ਔਰ ਖਲੂਸ ਨੇ ਦਾਇਰੇ 'ਚ ਰਹਿ ਕੇ ਸਾਡਾ ਇਹ ਟਾਈਮ ਗੁਜ਼ਰਿਆ। ਜਿਸ ਤਰੀਕੇ ਨਾਲ ਖੁਸ਼ੀਆਂ ਨਾਲ ਇਸ ਮਹਿਫਲ ਨਾਲ ਇਹਤਮਾਮ ਹੋਇਆ, ਅੱਲਾਹ ਪਾਕ ਇਸਾ ਹੀ ਤਰੀਕੇ ਨਾਲ ਇਹਨਾਂ ਖੁਸ਼ੀਆਂ ਨਾਲ ਹੀ ਇਸ ਮਹਿਫਲ ਨਾਲ ਇਖਤਤਾਮ ਵੀ ਹੋਵੇ। ਔਰ ਸਾਡੇ ਅਜ਼ੀਜ਼ ਜਿਹੜੇ ਸਿਲਸਿਲਾ ਆ ਸਮਾਜੀ ਜ਼ਿੰਦਗੀ 'ਚ ਮੁਨਸਲਿਕ ਹੋਣ ਲੱਗੇ, ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ 'ਚ ਬੇਬਹਾ ਰਹਿਮਤਾਂ ਅਤੇ ਬਰਕਤਾਂ ਨਾਲ ਨਜ਼ੂਰ ਫਰਮਾਇਆ। ਹੁਣ ਸਾਰੇ ਦੋਸਤ ਬੁਲੰਦ ਆਵਾਜ਼ ਨਾਲ ਸਿਦਕੇ ਦਿਲ ਨਾਲ ਹਜ਼ੂਰ ਆਗਾ ਇਨਾਮਦਾਰ ਤਾਜਦਾਰੇ ਮਦੀਨਾ ਜਨਾਬ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਸਰਕਾਰ ਨਾਲ ਕਲਮਾ ਯਾਦ ਕਰੋ ਤਾਂ ਕਿ ਮਹਿਫਲ ਆਗਾਜ਼ ਕਰੀਏ। ਬਿਸਮਿਲ੍ਲਾ ਰਹਿਮਾਨ ਰਹੀਮ, ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ। ਥੋੜ੍ਹੀ ਜਿਹੀ ਦੇਰ ਜਿਸ ਤਰ੍ਹਾਂ ਇਹ ਪਠਵਾਰੀ ਸਕਾਫਤ ਹੈ ਇਸ ਲਈ ਰੋਟੀ ਤਰਤੀਬ ਹੈ, ਦੋ ਚਾਰ ਮਿੰਟ ਸਾਜ਼ੀਨਾ ਔਰ ਉਸ ਤੋਂ ਬਾਅਦ ਬਕਾਇਦਾ ਮਹਿਫਲ ਸ਼ੇਰਖਾਨੀ। ਬਿਸਮਿਲ੍ਲਾ ਜੋਸ਼ ਸਾਹਿਬ
ਸਾਰੇ ਘਰ ਹੀ ਕਰ ਰਹੇ ਤੋੜ ਕਰਦੇ ਸਾਰੇ ਕੁਝ ਨਹੀਂ ਗੁਜ਼ਾਰਿਸ਼ ਕਰਨਾ ਦੁਲਾ ਮੀਆਂ ਗਿਆ ਜਨਾਬ ਚੌਧਰੀ ਅਮਦਾਦ ਰਫਤਾਰ ਸਾਹਿਬ ਉਹਨਾਂ ਦਾ ਗੁਜ਼ਾਰਿਸ਼ ਹੈ ਕਿ ਸਟੇਜ ਦੇ ਪਾਸੇ ਤਸ਼ਰੀਫ ਲਿਆਓ ਉਹਨਾਂ ਨਾਲ ਉਹਨਾਂ ਦੇ ਦੋਸਤ ਜਨਾਬ ਚੌਧਰੀ ਆਤਮਬਾਜੀ ਵਹੀਦ ਅਹਿਮਦ ਸਦਰ ਆਦਿਲ ਬਿੱਲੂ ਨਿਸ਼ਾਨ ਤਸ਼ਰੀਫ ਲਿਆਓ ਜਨਾਬ ਦੁਲਾ ਮੀਆਂ ਚੌਧਰੀ ਅਮਦਾਦ ਰਫਤਾਰ ਸਾਹਿਬ ਵੈਲਕਮ ਸਤਿ ਬਿਸਮਿਲਾ ਜੀ ਆਇਆਂ ਨੇ ਮੇਰੇ ਭਾਈ ਜਨਾਬ ਗਾਲਬ ਮੁਗਲ ਸਾਹਿਬ ਤਸ਼ਰੀਫ ਲੈ ਕੇ ਆਏ ਮੈਨੂੰ ਕੀ ਵੈਲਕਮ ਆਖਣਾ ਉਹਨਾਂ ਨਾਲ ਜਿਤਨੇ ਉਹਨਾਂ ਦੇ ਦੋਸਤ ਉਹਨਾਂ ਕੀ ਵੈਲਕਮ ਆਖਣਾ ਮੇਰੇ ਭਾਈ ਜਨਾਬ ਚੌਧਰੀ ਤਮਰੇਜ਼ ਸਾਹਿਬ ਪੋਖੀ ਉਹ ਵੀ ਆਪਣੇ ਦੋਸਤਾਂ ਸਮੇਤ ਤਸ਼ਰੀਫ ਲੈ ਕੇ ਆਏ ਉਹਨਾਂ ਕੀ ਵੈਲਕਮ ਆਖਣਾ ਭਾਈ ਗਾਲਬ ਸਾਹਿਬ ਵੈਲਕਮ ਸਤਿ ਬਿਸਮਿਲਾ ਜੀ ਆਇਆਂ ਨੂੰ ਥੋੜ੍ਹਾ ਜਿਹਾ
ਬਿਸਮਿਲ੍ਲਾ ਵੈਲਕਮ ਮੇਰੇ ਬੜੇ ਭਾਈ ਜਨਾਬ ਮੇਰੇ ਮੋਹਤਰਮ ਜਨਾਬ ਮਸੇਰ ਚੌਧਰੀ ਸ਼ਹਿਜ਼ਾਦ ਸਾਹਿਬ ਤੇਰੀ ਚੌਧਰੀਆਂ ਉਹਨਾਂ ਨਾਲ ਪਲਵਾਨ ਚੌਧਰੀ ਰਿਜ਼ਵਾਨ ਅਰਸ਼ਦ ਔਰ ਚਿੱਤਾ ਜੱਟ ਚੌਧਰੀ ਵਸੀਮ ਪਸਵਾਲ ਸਾਹਿਬ ਔਰ ਮੇਰੇ ਮੋਹਤਰਮ ਜਨਾਬ ਪਲਵਾਨਾ ਦਨਾਲ ਸਾਹਿਬ ਵੈਲਕਮ ਸਤ ਬਿਸਮਿਲ੍ਲਾ ਜੀ ਜਿੱਥੇ ਵੀ ਤੁਸੀਂ ਦੋਸਤ ਅਜੀਜ਼ ਦਾ ਬਾਪ ਤੇ ਸ਼ੁਰੂ ਲੈ ਕੇ ਆਇਓ ਜਿਤਨੇ ਵੀ ਦੋਸਤ ਸ਼੍ਰੀ ਲੈ ਕੇ ਆਇਓ ਸਭ ਕੀ ਵੈਲਕਮ ਬਿਸਮਿਲ੍ਲਾ ਜੀ ਆਇਆਂ ਮਸੇਰ ਸ਼ਹਿਜ਼ਾਦ ਸਾਹਿਬ ਰਾਫਲੀ ਤਸ਼ਰੀਫ ਲੈ ਗਏ ਜੀ ਇਹਨਾਂ ਦੀ ਅਸਾਂ ਵੈਲਕਮ ਆਣਿਆ ਬਿਸਮਿਲ੍ਲਾ ਜੀ ਆਇਆਂ ਨੂੰ ਪੂਰੀ ਸੰਗਤ ਸਹੇਲੀ ਨਾਲ ਜਿਹੜੇ ਇਹਨਾਂ ਨਾਲ ਹੋਰ ਦੋਸਤ ਵੀ ਉਹਨਾਂ ਦੀ ਵੀ
ਸ਼ੇਰ ਸਾਥੀਆਂ ਦੀ ਨਜ਼ਰ ਆ
ਡਾਕਟਰ ਇਲਿਆਸ ਸਾਹਿਬ, ਖਰੀ ਸ਼ਰੀਫ ਚਰਾਗੀ ਗਰੁੱਪ, ਮਹਾਜਨ ਸਾਹਿਬ ਸਾਡੀ ਵਜ਼ਮ ਵਿੱਚ ਤਸ਼ਰੀਫ ਲੈ ਗਿਆ ਜੀ। ਉਹਨਾਂ ਦੀ ਅਸਾਂ ਆਪਣੀ ਤਰਫੋਂ ਵੀ ਤੇ ਇੰਤਜ਼ਾਮੀ ਵਾਲਿਆਂ ਦੋਸਤਾਂ ਦੀ ਤਰਫੋਂ ਵੈਲਕਮ ਆ ਰਹੇ ਹਾਂ। ਔਰ ਚੌਧਰੀ ਮਾਲਕ ਕੌਂਸਲਰ ਸਾਹਿਬ, ਸ਼ੇਰ ਸਾਥੀਆਂ ਦੀ ਨਜ਼ਰ ਆ ਸੀਬਾ ਦਾ ਮੇਰੇ
ਲਓ ਦੋਸਤੋ, ਸਾਡੇ ਮਹਿਮਾਨ ਖਸੂਸੀ ਕਾਬਲ ਇਤਰਾਮ ਪੀ ਕੇ ਕਲਚਰ ਗਰੁੱਪ ਨੰਬਰ 1 ਪਟਵਾਲਾ ਬਰਤਾਨੀਆ ਦੇ ਚੇਅਰਮੈਨ ਜਨਾਬ ਮਾਮੂ ਚੌਧਰੀ ਜ਼ੁਲਫਕਾਰ ਸਾਹਿਬ ਆਫ ਰੁਮਲੀ, ਲਾਲਾ ਚੌਧਰੀ ਅਮੀਨ ਸਾਹਿਬ ਫਖਰੇ ਖਾੜਾ ਖਾਨ ਮਕੀਮ ਯੂਕੇ, ਚੌਧਰੀ ਰਮਜ਼ਾਨ ਰੋਸਤਾਨ ਸਾਹਿਬ ਔਰ ਉਹਨਾਂ ਨਾਲ ਮੇਰੇ ਭਾਈ ਜਨਾਬ ਵਕੀਲ ਰੋਗੀ ਸਾਹਿਬ ਔਰ ਉਹਨਾਂ ਨਾਲ ਜਿੰਨੇ ਵੀ ਉਹਨਾਂ ਦੇ ਦੋਸਤ ਅਜੀਜ਼ ਅਬਾਬ ਉਹਨਾਂ ਨਾਲ ਤਸ਼ਰੀਫ ਲੈ ਕੇ ਆਏ। ਮੈਂ ਉਹਨਾਂ ਸਭਾ ਦਾ ਗੁਜ਼ਾਰਿਸ਼ ਕਰਾਂ ਕਿ ਸਟੇਜ ਲੈ ਪਾਸਾ ਤਸ਼ਰੀਫ ਲਿਆਓ। ਜਨਾਬ ਮਾਮੂ ਚੌਧਰੀ ਜ਼ੁਲਫਕਾਰ ਸਾਹਿਬ ਆਫ ਰੁਮਲੀ, ਲਾਲਾ ਚੌਧਰੀ ਅਮੀਨ ਸਾਹਿਬ ਫਖਰੇ ਖਾੜਾ, ਮੇਰੇ ਭਾਈ ਜਨਾਬ ਵਕੀਲ ਰੋਗੀ ਸਾਹਿਬ, ਚੌਧਰੀ ਰਮਜ਼ਾਨ ਬੋਸਤਾਨ ਸਾਹਿਬ ਔਰ ਉਹਨਾਂ ਨਾਲ ਜਿੰਨੇ ਉਹਨਾਂ ਦੇ ਦੋਸਤ ਸਭਾ ਦਾ ਗੁਜ਼ਾਰਿਸ਼ ਹੈ ਸਟੇਜ ਲੈ ਪਾਸਾ ਤਸ਼ਰੀਫ ਲਿਆਓ। ਮੇਰੇ ਭਾਈ ਜਨਾਬ ਤਨਵੀਰ ਮਿੱਠੂ ਸਾਹਿਬ ਦਿਲਕਸ਼ ਮੂਵੀ ਮੇਕਰ ਨਕੋਦਰ ਅੱਡਾ ਦੀਨਾ, ਉਹ ਵੀ ਤਸ਼ਰੀਫ ਲੈ ਕੇ ਮੈਂ ਉਹਨਾਂ ਦੀ ਵੈਲਕਮ ਕਰਨਾ ਜਨਾਬ। ਉਹ ਹਲਿਆ ਲਿਓ ਆਦਮ ਕੁਰਸੀ ਆਪ ਜੋ ਸਟੇਜ ਵਾਲੇ ਪਾਸਾ, ਇਹ ਹਲਿਆ ਲਿਓ ਮੇਰੇ ਪਾਸੇ ਗਏ।
Jannat
ਸਾਡੀ ਮਧੂ ਮਹਿੰਦਰ
ਗਾਣ ਹੈ ਕਿ ਵਿਸ਼ਵਾਸ ਫਫਰੇ ਤੋਂ ਨਹੀਂ ਚੱਲਦਾ ਪਹਿਲਾਂ ਕੀ ਗੱਲ ਕੋਲ ਆਖਣੇ ਆ ਮੇਰੇ ਭਾਈ ਜਿਹਨਾਂ ਸੁਚੀ ਯੋਗਨ ਸਿੰਘ ਜਨਾਬ ਚੌਧਰੀ ਸ਼ਾਹਿਦ ਕੇਕੇ ਔਰ ਮੇਰੇ ਬਰਾਦਰ ਚੌਧਰੀ ਨਾਸਰ ਖਰੀਵਾਲ ਸਾਰੀ ਬਦਮੀ ਰੌਣਕ ਬਣੇ ਔਰ ਸੁਚੀ ਯੋਗਨ ਮੇਰੇ ਭਾਈ ਚੌਧਰੀ ਰੋਇਲ ਜੱਟ ਜਿਹੜੇ ਯੂ ਕੇ ਲੁਕਣ ਜਾਣੇ ਜੀ ਚੌਧਰੀ ਮਕਸੂਦ ਫਖਰੇ ਕੋਠੀ ਆਲ ਪੀ ਕੇ ਕਚਰ ਗਰੁੱਪ ਨੰਬਰ ਵਨ ਸਾਰੇ ਵੀ ਮੁਹੱਬਤ ਨਾਲ ਗੱਲ ਪੇਸ਼ ਕਰ ਰਹੇ ਹਾਂ ਸਾਰੇ ਬਜ਼ੁਰਗ ਦੋਸਤ ਬਾਬਾ ਸਲੀਮ ਗਾਇਲ ਸਰਕਾਰ ਨੇ ਬੜੀ ਖੂਬਸੂਰਤ ਇੱਕ ਸਦਾ ਹੋਈ ਕਿ ਸੁਣਾ ਸਾਇਆ ਏ ਰਿਆ ਮੰਦੀ ਆ ਕਾਗੋ ਤੇਰੇ ਸਾਇਆ ਏ ਰਿਆ
ਔਰ ਜਦ ਬੋਲ ਸਰਕਾਰ ਤੇ ਖੜੀ ਮੀਆਂ ਮੁਹੰਮਦ ਬਖਸ਼ ਰਹਿਮਤੁਲਾਹ ਅਲੈਹ ਸਰਕਾਰ ਨੇ ਸਾਡੇ ਮੌਸਾ ਜਨਾਬ ਕਾਮੀ ਜੱਟ ਸਾਹਿਬ, ਬਾਬਰ ਸਾਹਿਬ, ਅਹਿਸ਼ਾਮ ਸਾਹਿਬ, ਅਮਰਜ਼ਾ ਬਾਜ ਸਾਹਿਬ, ਤੈਯਬ ਗੁੱਜਰ, ਰਮਜ਼ਾਨ ਗੁੱਜਰ, ਅਰਫਾਨ ਸਾਹਿਬ ਔਰ ਐਲੀ ਸਾਹਿਬ ਸਾਡੀ ਮਹਿਫਲ ਵਿੱਚ ਤਸ਼ਰੀਫ ਲੈ ਕੇ ਆਏ ਜੀ। ਇੰਤਜ਼ਾਮੀ ਵਾਲੇ ਦੋਸਤਾਂ ਦੀ ਤਰਫੋਂ ਔਰ ਬੱਸਾਂ ਦੀ ਤਰਫੋਂ ਵੀ ਵੈਲਕਮ ਜੀ ਆਇਆਂ ਨੂੰ। ਸਰਕਾਰ ਅੱਜ ਖੜੀ ਨੇ, ਇੱਕ ਦੋ ਬੋਲ ਮੈਂ ਸਾਥੀਆਂ ਦੀ ਨਜ਼ਰ ਕਰਨਾ, ਜਿਸ ਦੀ ਖਸੂਸੀ ਮੁਹੱਬਤ ਹੈ ਜੀ ਸਾਡੇ ਹਰ ਦਿਲ ਮੌਸਮ ਸਾਡੇ ਮੋਹਤਰਮ ਜਨਾਬ ਚੌਧਰੀ ਮਖਸੂਸ ਮੋਠੀ ਹਾਲ ਮਕੀਮ ਯੂ ਕੇ ਔਰ ਸਾਡੇ ਭਾਈ ਚੌਧਰੀ ਰੋਹੇਲ ਅਹਿਮਦ ਸਾਹਿਬ ਹਾਲ ਮਕੀਮ ਯੂ ਕੇ ਚੌਧਰੀ ਸ਼ਾਇਦ ਕੇ ਖਾੜਕ ਲੱਗ ਜੀ ਔਰ ਚੌਧਰੀ ਵਕਾਰ ਅਕਰਮ ਸਾਹਿਬ ਬਲਵਾਨਾ ਯੂ ਕੇ ਔਰ ਚੌਧਰੀ ਰਜ਼ਾਕਤ ਸਾਹਿਬ ਯੂ ਕੇ ਕੀ ਅਮਜ਼ੀਰ ਜੀ ਸੈਯਦ ਹਸੈਨ ਸ਼ਾਹ ਮੁਰਸ਼ਦ ਯੂ ਕੇ ਔਰ ਸ਼ਾਬਾਸ਼ ਜਿਗਰ ਪਰਦੇਸੀ ਸਾਦ ਕੁਰੇਸ਼ੀ ਆਲ ਪੀ ਕੇ ਕਤਲ ਕਲਚਰਲ ਗਰੁੱਪ ਨੰਬਰ ਇੱਕ ਔਰ ਨਾਲ ਜਾਦਾ ਜੀ ਚੌਧਰੀ ਆਮਰ ਐਨ ਐਸ ਖੜੀ ਚੌਧਰੀ ਮੁਹੀਬ ਸਾਹਿਬ ਖੜੀ ਸ਼ਰੀਫ ਨਾਲ ਤਲਕ ਚੌਧਰੀ ਚੌਧਰੀ ਨਾਸਰ ਚੌਧਰੀ ਨਾਸਰ ਐਨ ਐਸ ਖੜੀ ਚੌਧਰੀ ਇਦਰਾਨ ਸਾਹਿਬ ਖੜੀ ਸ਼ਰੀਫ ਨਾਲ ਤਲਕ ਆ ਜੀ ਚੌਧਰੀ ਹਸਨੈਨ ਸਾਹਿਬ ਅਜ਼ੀਜ਼ਪੁਰ ਨਾਲ ਤਲਕ ਆ ਚੌਧਰੀ ਆਦਮ ਸਾਹਿਬ ਚਿੱਤਰਪੜੀ ਨਾਲ ਤਲਕ ਆ ਜੀ। ਇਹਨਾਂ ਨੇ ਮੁਹੱਬਤ ਨਾਲ ਇੱਕ ਦੋ ਬੋਲ ਮੈਂ ਸਾਥੀਆਂ ਦੀ ਨਜ਼ਰ ਕਰਨਾ ਆਵਾਜ਼ ਕੀਤੀ ਆਖਿਆ ਸਾਡਾ
ਬੜੀ ਹੀ ਵਾਲੇ ਸਾਥੀ ਜਿਹੜੇ ਉਹਨਾਂ ਨੇ ਮੁਹੱਬਤ ਵਾਲੇ ਕੋਲ ਕੌੜਾ
Thank you.
ਬੋਲ ਮੈਂ ਸਾਥੀਆਂ ਦੀ ਨਜ਼ਰ ਦੁਬਾਰਾ ਕਰਨਾ ਅੱਜ ਦੀ ਮਹਿਫਲ ਦੇ ਚੀਫ ਗੈਸਟ ਜਨਾਬ ਚੌਧਰੀ ਹਮਜ਼ਾ ਜ਼ੁਲਫਕਾਰ ਸਾਹਿਬ ਔਰ ਚੌਧਰੀ ਉਸਾਮਾ ਜ਼ੁਲਫਕਾਰ ਔਰ ਚੌਧਰੀ ਜ਼ੈਨ ਜ਼ੁਲਫਕਾਰ ਔਰ ਮੇਰੇ ਭਾਈ ਚੌਧਰੀ ਸ਼ਾਹਿਦ ਕੇ ਕੇ ਖਾਲਕ ਰੰਗ ਅਲੱਗ ਆ ਜੀ ਔਰ ਮੇਰੇ ਹਾਜ਼ਰ ਮੋਹਤਰਮ ਮੇਰੇ ਮੋਹਸਨ ਮਾਮੂ ਜ਼ੁਲਫਕਾਰ ਸਾਹਿਬ ਉਹਨਾਂ ਨੇ ਮੁਹੱਬਤ ਔਰ ਮੇਰੇ ਮੋਹਤਰਮ ਚੌਧਰੀ ਲਾਲਾ ਅਮੀਨ ਸਾਹਿਬ ਉਹਨਾਂ ਨੇ ਮੁਹੱਬਤ ਔਰ ਤਰਵੀਰ ਦੀ ਖੂਬ ਕੈਮਰਾ ਮੈਂ ਇਹਨਾਂ ਦੀ ਮੁਹੱਬਤ ਨਾਲ ਔਰ ਸ਼ੋਲਾ ਪਠਵਾਰ ਅਕੀਲ ਰੋਗੀ ਆਹ
ਸ਼ਹੀਦ ਇਨਕਲਾਬੀ ਜੀ ਖਰੇਟਾ ਟੂਟੀ ਸੁਹਾਣਾ ਮਕਬਾਲ ਗ੍ਰਿਫ ਨੰਬਰ 1 ਚੌਧਰੀ ਉਦੈਰ ਮੁਰਸ਼ਦ ਅਲੀ ਜਵਾਹਰ ਕੋਟਲੀ ਮਿਰਜ਼ਾ ਉਦੈਰ ਮੁਰਸ਼ਦ ਸਲੈਮ ਚੌਧਰੀ ਰਿਆਮ ਸਰ ਫਖਰੇ ਪਸ਼ਤੂਨਾ ਚੌਧਰੀ ਅਲੀਗੜ੍ਹ ਯੂ ਕੇ ਚੌਧਰੀ ਅਲੀਮ ਯੂ ਕੇ ਚੌਧਰੀ ਅਮਰ ਯੂ ਕੇ ਚੌਧਰੀ ਅਮੀਰ ਯੂ ਕੇ ਜੀ ਕਿਆਦੀ ਨੰਬਰ 804 ਚੌਧਰੀ ਅਰਸ਼ਦ ਅਸਕੇ ਉਸਤਾਦ ਕੋਲ ਆਸਕੇ ਟੇਲਰ ਜੀ ਇਹਨਾਂ ਨੇ ਖੁਸ਼ੀ ਮੁਹੱਬਤ ਨਾਲ ਮੇਰਾ ਬਾਈ ਕਦੂ ਕਮਰੇ ਸਾਨ ਕੋਠੀ ਜਿਹੜਾ ਬੋਲ ਕੇ ਛੱਡਾ Thank you.
ਇਹ ਬੋਲ ਮੈਂ ਸਾਥੀਆਂ ਨੂੰ ਬਹੁਤ ਨਾਲ ਚੌਧਰੀ ਅਸ਼ਰ ਚੁਰਾਵੀ ਗ੍ਰਫਤ
ਮੇਰੇ ਭਾਈ ਰਾਜਾ ਬਾਬਰ ਸਾਹਿਬ ਚੌਧਰੀ ਨਾਸਰ ਕੰਪਨੀ ਡਾਕਟਰ ਲਿਆ ਸਾਹਿਬ ਪਟਵਾਰੀ ਅਸਨਾਰ ਸਾਹਿਬ ਹੋਰ ਮੇਰੇ ਭਾਈ ਉਸਮਾਨ ਬਾਬੂ ਇਹਨਾਂ ਨੇ ਸ਼ਖਸਾਂ ਦੀ ਜਦੋਂ ਬੋਲ ਵਿਛੜਦੇ ਹਾਂ ਇੱਕ ਆਵਾਜ਼ ਹੀ ਆਖਿਆ ਕਿ
ਠੰਡੇ ਪਈ ਗਏ, ਉਹ ਕੋਈ ਤਾੜੀਆਂ ਮਾਰੀ ਉਦੋਂ ਜਿਹੜਾ ਖਮੋਸ਼ ਹੋਈ ਗਏ, ਤਾੜੀਆਂ ਮਾਰਨੇ ਨੇ ਕੋਈ ਪੈਸੇ ਨਹੀਂ ਕਿੰਨੇ ਤੋਂ। ਹੁਣ ਮੈਂ ਗੁਜ਼ਾਰਿਸ਼ ਕਰਦਾ ਜਿੰਨੀ ਦੇਰ ਜਿਹੜੇ ਚਾਹ ਪੀਣੇ ਮੇਰੇ ਭਾਈ ਚੌਲਾ ਪਠਵਾਰ ਅਕੀਰ ਰੋਗੀ ਸਾਹਿਬ ਹੈ ਉਹ ਸਟੇਜ ਤੇ ਆਵਣ, ਉਹ ਦੋ ਤਰ੍ਹਾਂ ਸ਼ੇਅਰ ਉਹ ਵਿਚਾਰੇ ਸੁਣਾ ਸਕਦਾ। ਅਕੀਰ ਰੋਗੀ ਸਾਹਿਬ ਹਜ਼ਰਤ ਸਹਿਦਾ ਮੇਰਾ ਲਾਲ ਪਾਕ ਪਾਵਨ ਸ਼ੇਰ ਕਰੰਦ ਜਨਾਬ ਤੋਂ ਸ਼ਰੀਫ ਲੈ ਉਹ ਛੋਲੇ ਪਠਵਾਰ ਮੇਰੇ ਭਾਈ ਜਨਾਬ ਅਕੀਰ ਰੋਗੀ ਸਾਹਿਬ ਬਿਸਮਿਲਲਾ ਅਲਹਮਦੁਲਿਲਾਹ ਰਬਿਲ ਆਲਮੀਨ ਅਮਾ ਬਾਦ ਫੌਜ਼ ਬਿੱਲਾਹ ਮਿਨਸ਼ ਸ਼ੈਤਾਨ ਰਜੀਮ ਬਿਸਮਿਲਲਾਹਿਰ ਰਹਿਮਾਨਿਰ ਰਹੀਮ। ਤਮਾਮ ਦੋਸਤਾਂ ਫੁਜ਼ਾ ਭਾਈਆਂ ਦੀ ਬੰਦਾ ਨਾਜੀਜ਼ ਨੇ ਤਰਫੋਂ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤ। ਸਾਡੇ ਇਸ ਖੂਬਸੂਰਤ ਸਾਡੇ ਜਿਹਨਤ ਖਿੱਤਾ ਪਠਵਾਰ ਖਿੱਤਾ ਕਸ਼ਮੀਰ ਨੇ ਨਾਮਵਾਰ ਸ਼ੇਰਖਵਾਨ ਲੋਕਾਂ ਨੇ ਦਿਲਾਂ ਦੀ ਧੜਕਣ ਜਨਾਬੇ ਮੋਹਤਰਮ ਅਜ਼ਮਤ ਪਠਵਾਰ ਮਿਰਜ਼ਾ ਨਾਜ਼ਮ ਮਹਿਮੂਦ ਸਾਹਿਬ ਫਖਰੇ ਮੰਦਰਾ ਤਹਿਸੀਲ ਗੁਜਰ ਖਾਨ ਤੁਸਾਂ ਦੋਸਤਾਂ ਦੀ ਮੁਹੱਬਤ ਤੋਚਾ ਖੁਦ ਨੇ ਨਾਲ ਤੁਸਾਂ ਨੇ ਸਾਹਮਣੇ ਆਪਣੇ ਫਨ ਦੇ ਨਾਲ ਹਾਜ਼ਰ ਅੱਲਾਹ ਤਾਲਾ ਇਹਨਾਂ ਦੀ ਸਾਫੀਆਂ ਪਾ ਫਰਮਾਨ ਇਹਨਾਂ ਦੇ ਨਾਲ ਖਿੱਤਾ ਕਸ਼ਮੀਰ ਦੀ ਖੂਬਸੂਰਤ ਆਵਾਜ਼ ਬੜੀ ਅੱਛੀ ਸੁਰ ਗੁਰਨੇ ਮਾਲਕ ਠੰਡਾ ਭਰੀ ਆਵਾਜ਼ ਅੱਲਾਹ ਤਾਲਾ ਨੇ ਅਦਾ ਕੀਤੀ ਹਰ ਉਹਨਗੇ ਕਸ਼ਮੀਰ ਆ ਰਾਜਾ ਨਦੀਮ ਨਾਜ਼ਰ ਸਾਹਿਬ ਅੱਲਾਹ ਤਾਲਾ ਇਹਨਾਂ ਦੀ ਵੀ ਸਾਫੀਆਂ ਪਾ ਫਰਮਾਨ। ਅਗਰ ਤੁਸਾਂ ਦੋਸਤ ਇਹਨਾਂ ਨੇ ਫਨ ਤੋਂ ਇਹਨਾਂ ਨੇ ਕਲਾਮ ਅੰਦਾਜ਼ ਤੋਂ ਔਰ ਇਹਨਾਂ ਤਮਾਮ ਸਜਦੀਆਂ ਨੇ ਫਨ ਤੋਂ ਮਹਿਸੂਸ ਹੋ ਇੱਕ ਵਾਰੀ ਦਿਲ ਖੋਲੀ ਤਾਂ ਇਹਨਾਂ ਨੇ ਉਹ ਸਾਫ ਜ਼ਾਈ ਨੇ ਵਾਸਤੇ ਤਾੜੀਆਂ ਵਜਾਓ ਜ਼ਿੰਦਾਬਾਦ ਜੀ। ਅੱਲਾਹ ਤਾਲਾ ਸਾਰੇ ਦੋਸਤਾਂ ਨੂੰ ਆਪਣੀ ਸ਼ਾਦੋ ਆਬਾਦ ਰੱਖਣ। ਮੈਂ ਮੁਬਾਰਕਬਾਦ ਪੇਸ਼ ਕਰਨਾ ਅੱਜ ਦੀ ਬਜ਼ਮ ਦੇ ਚੀਫ ਗੈਸਟ ਦੂਲਾ ਭਾਈ ਚੌਧਰੀ ਹਮਜ਼ਾ ਜ਼ੁਲਫਾਰ ਸਾਹਿਬ। ਅੱਲਾਹ ਤਾਲਾ ਨੇ ਦਰਬਾਰ ਦਵਾਇਆ ਕਿ ਅੱਲਾਹ ਪਾਕ ਹਮਜ਼ਾ ਭਾਈ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਆਸਾਨੀਆਂ ਔਰ ਖੁਸ਼ੀਆਂ ਅਤਾ ਫਰਮਾਨ। ਖਸੂਸਨ ਬਿਲਖਸੂਸ ਹਮਜ਼ਾ ਜ਼ੁਲਫਾਰ ਭਾਈ ਨਾਲ ਜਿਹੜਾ ਰਿਸ਼ਤਾ ਸ਼ਰੀਕੇ ਹਯਾਤ ਨਾਲ ਮੁਨਸਲਿਕ ਹੋਇਆ ਅੱਲਾਹ ਤਾਲਾ ਦੋਵਾਂ ਖਾਨਦਾਨਾਂ ਦੀ ਤਾਜ਼ ਜ਼ਿੰਦਗੀ ਇਤਫਾਕ ਪਿਆਰ ਮੁਹੱਬਤ ਨੇ ਦੌਲਤ ਨੂੰ ਮਾਲਾ ਮਾਲ ਫਰਮਾਨ। ਤੁਸਾਂ ਸਾਰਿਆਂ ਦੋਸਤਾਂ ਨੇ ਪਿਆਰ ਔਰ ਖਲੂਸ ਦਾ ਸ਼ੁਕਰੀਆ। ਮੈਂ ਇੰਤਹਾਈ ਮਮਨੂਨੋ ਮਸ਼ਕੂਰ ਹਾਂ ਸਾਰੇ ਮੋਹਤਰਮ ਪੀ ਕੇ ਕਲਚਰ ਗਰੁੱਪ ਨੰਬਰ 1 ਪਾਕਿਸਤਾਨੋ ਬਰਤਾਨੀਆ ਨਿਜਾਨ ਲਾਲਾ ਚੌਧਰੀ ਅਮੀਨ ਸਾਹਿਬ ਅੱਲਾਹ ਪਾਕ ਇਹਨਾਂ ਦੀ ਸ਼ਾਦੋ ਆਬਾਦ ਰੱਖਣ। ਯੂਕੇ ਤੋਂ ਚੰਦ ਦਿਨ ਪਹਿਲੇ ਇਹ ਆਪਣੀ ਧਰਤੀ ਉੱਪਰ ਵਾਪਸ ਆਏ ਔਰ 2-4 ਦਿਨ ਮਹਿਮਾਨ ਨੂੰ ਵਾਪਸ ਚਲੇ ਜਾ ਸਕ। ਮੈਂ ਇਹਨਾਂ ਦੀ ਮੁਲਾਕਾਤ ਦੀ ਖਾਤਰ ਇਹਨਾਂ ਨੇ ਘਰ ਆਇਆ ਖਾਲੇ ਪਾਇਆ ਔਰ ਇਹਨਾਂ ਨੇ ਨਾਲ ਇਸ ਨਾਫਰ ਵਿੱਚ ਆਇਆ ਇਹਨਾਂ ਦੀ ਮੁਹੱਬਤ ਸੀ ਮਾਮੂ ਚੌਧਰੀ ਜ਼ੁਲਫਕਾਰ ਸਾਹਿਬ ਨੇ ਕਾਮੀ ਜੱਟ ਸਾਹਿਬ ਨੇ ਔਰ ਤਮਾਮ ਇੰਤਜ਼ਾਮੀਆ ਕਮੇਟੀ ਦੀ ਮੁਹੱਬਤ ਸੀ। ਉਹ 4 ਸ਼ੇਰ ਵੈਸੇ ਮੇਰੀ ਮਰਜ਼ੀ ਨਹੀਂ ਸੀ ਅੱਲਾਹ ਤਾਲਾ ਸ਼ਾਦੋ ਆਬਾਦ ਰੱਖਣ ਸਾਡੇ ਮੋਹਤਰਮ ਆਜੀ ਬਜ਼ਮ ਨੇ ਆਰਗਨਾਈਜ਼ਰ ਚੌਧਰੀ ਰਵੇਲ ਸਾਹਿਬ ਨਫਸ਼ਾ ਟੋਨ ਆਲ ਮਕੀਮ ਯੂਕੇ ਅੱਲਾਹ ਪਾਕ ਉਹਨਾਂ ਨੂੰ ਵੀ ਸ਼ਾਦੋ ਆਬਾਦ ਰੱਖਣ ਜੀ। 2-4 ਸ਼ੇਰ ਮਾਜਾ ਜ਼ਾਨਾ ਰਾਮ ਸਾਰਿਆਂ ਦੋਸਤਾਂ ਪੁਰਾਣੇ ਗੁਸ਼ ਗੁਜ਼ਾਰ ਸਾਡੇ ਮੋਹਤਰਮ ਚੌਧਰੀ ਸ਼ਾਹਿਦ ਹੁਸੈਨ ਕੇਕੇ ਫਖਰੇ ਖਾਲਿਦ ਮੀਰਪੁਰ ਸਾਡੇ ਮੋਹਤਰਮ ਚੌਧਰੀ ਅਰੁਣ ਪਰਵਾਨ ਸਾਹਿਬ ਔਰ ਸਾਡੇ ਭਾਈ ਚੌਧਰੀ ਰਮਜ਼ਾਨ ਪ੍ਰਸਤਾਦ ਸਾਹਿਬ ਚਿੱਤਰਪੜੀ ਅੱਲਾਹ ਪਾਕ ਇਹਨਾਂ ਨੂੰ ਵੀ ਸ਼ਾਦੋ ਆਬਾਦ ਰੱਖਣ। ਚੌਧਰੀ ਨਾਸਰ ਐਨ ਐਸ ਖੜੀ ਜੀ ਡਾਕਟਰ ਨਿਆਜ਼ ਸਾਹਿਬ ਖੜੀ ਸ਼੍ਰੀ ਚਰਾਗੀ ਗੁਰੂ ਗੁਰੂ ਤਮਾਮ ਇਮਰਾਨ ਦੀ ਨਜ਼ਰ ਜੀ ਅੱਲਾਹ ਤਾਲਾ ਸਾਰੇ ਦੀ ਸ਼ਾਦੋ ਆਬਾਦ ਰੱਖਣ ਕਿ ਤੇਰੀ ਦੀਦ ਬਾਜੂ ਨਾ ਏ ਬਾਜ਼ ਆਂਦਾ। ਮੈਂ ਆਪਣੇ ਦਿਲਾਂ ਨਾਲ ਮੁਖਾਤਬ ਹੋਇਆ ਦਿਲਾਂ ਕੀ ਬੜਾ ਸਮਝ ਆਇਆ
لیکن یہ سمجھیا نہیں اس زندگی دیا کہ میں محبوب نہ ضرور دیدار کرنا الٹا یہ دل ہمارے نال بھی ناراض ہو گیا خفا ہو گیا بھائی تیری دید باجو نہ یہ باز آتا اپنے دل نو بڑا سمجھا بیٹھا سڑے موترا لالا چودھری امین صاحب انہوں نے اپنا نظر رکھے تیری دید باجو نہ یہ باز آتا اپنے دل نو بڑا سمجھا بیٹھا فقط تیرے پیار نے گیت گاندا باقی سب کچھ بھلا بیٹھا اٹھے پیر میں اس نو سمجھا منا وا دادا میرے نہ لوگ خفا بیٹھا تو ہی ترس کچھ کر رکین روگی تیرے نال جے دل میں لا بیٹھا تا تیری تیرے دل نال دل وٹا کے میں میر پر لے او تیرے دل نال دل وٹا کے میں کر من سکون تبا بیٹھا تیری دید لئی دل روبا میرے کر بخت میں اجلے سیا بیٹھا تو نہ نظر پیار نہیں پائی بھول کے ہوئی غلطی جو تینوں میں جا بیٹھا اتنی بڑی سزا کیر روگی کتنا کر میں سجنا گنا بیٹھا کامی جٹ پائی تیرے نال میں پا کے پیار سجنا یہ جڑا ہوں میں شیر پیش کر رہا اج کل سوشل میڈیا دورا ٹک ٹاک نہ دورا شیر عظمت مفوار مرزا نازک صاحب نے اپنے خوبصورت انداز نال پیش کیتا اس نے آخری کلی ہے کہ تیرے 200 گرام دے دل پیچھے روگی لکھاں جی جان گوا بیٹھا یہ چوئیاں گھٹیاں نے اندر کوئی لکھاں نے صاحب مریا ٹک ٹاک نے دنیا پر یہ سنیا میرے نال بھی مرزا صاحب نے نال بھی کافی سارے دوستوں نے رابطہ کیتا اتنی اللہ تعالیٰ نے اس شعر نے نال مرزا صاحب نے خوبصورت آواز نے نال بندہ نہ چیز کی مزید اس کو نوازیا کہ تیرے نال میں پا کے پیار سجنا عمر بھر دیا خوشیاں لٹا بیٹھا تینوں اپنا بنا سارا مان دل دے اپنے دل بچ میں سجا بیٹھا کر برباد میں ایشو آرام سارا میں تے اپنا آپ رولا بیٹھا تیرے 200 گرام دے دل پیچھے روگی لکھاں جے جان گوا بیٹھا سارے محترم بھائی چودھری حفیظ صاحب فخر نگائل جرمنی آل مکین جرمنی اور سارے محترم چودھری مقصود احمد کوٹھی آل مکین یو کے سارے محترم چودھری شاہد حسین شاہد آل مکین یو کے راجہ عمران صاحب راجہ غلام اصغر صاحب پکا یارانہ سید مسعود حسین شاہ جی آل مکین یو کے آل پی کے کلچر گروپ نمبر 1 پاکستان اور برطانیہ دوستانی کو اپنے نظر کہ کیتا جرم جائش کی گلی بڑیا عمر مک چلی مک دی سزائی نہیں منیاں منتاں تا لکھاں دوا منگیاں اوہی کوئی قبول دوائی نہیں لا علاج طبیباں نے مرض دسیا ملی کسے دے کولوں شفائی نہیں لگیا روگ کو جیسا آخر روگی جس دی اج تک بنی دوائی نہیں ایک شعر سارے محترم تنویر مٹھو صاحب دلکش مووی مرکز بیرپور نکوتر نال انہاں نے پلک اللہ تعالی نے شادو آباد رکھن تنویر مٹھو صاحب دی نظر شیئر کرسا کہ تو من نہ من پر یاد رکھیاں تنویر مٹھو بھائی تو من نہ من پر یاد رکھیاں یاد ماڑی بھی تو کی ستایا کرسی سارا دن تینوں مدوش رکھسی ساری رات تو کی جگایا کرسی گزرے ویلڑے نو جدو یاد کرسے ہر ہر گل ماڑی روایا کرسی بہو لوڑ سے نہ لبسی یقین روگی اے تلاش تینوں تڑپایا کرسی آخری شیر انتائی اس نام اپنا والی شخصیت بڑے لجبال دے دوست یاران یار بڑا اچھا اس نو اخلاق کامی جٹ صاحب فخر کھمبال میر پر انہاں نے وہ اپنا نظر کرنا اللہ تعالیٰ نقشاد و آباد رکھن پٹھوار بھی چھو
ਸਾਰੇ ਨਾਲ ਇਹਨਾਂ ਨਾਲ ਬੜਾ ਪਿਆਰ ਹੈ। ਕਾਫੀ ਸਾਰੇ ਸ਼ੇਖਾਨ ਜਿਸਲਾ ਮਿਰਪਰ ਐਂਟਰੀ ਹੋਣੀ ਹੈ ਦੋ ਦਿਹਾੜੇ ਪਹਿਲੇ ਕੌਮੀ ਜੱਟ ਭਾਈ ਮੁਹੱਬਤ ਦੇ ਨਾਲ ਦਾਵਤ ਦੇਣ ਕਿ ਪਹਿਲੇ ਸਾਰੇ ਕੋਲ ਆਓ, ਖਿਦਮਤ ਦਾ ਮੌਕਾ ਦਿਓ, ਫਿਰ ਆਪਣੀ ਮੰਜ਼ਿਲ ਤੱਕ ਪਹੁੰਚੋ। ਇਹ ਮਿਰਪਰ ਵਿੱਚ ਇਹਨਾਂ ਦੀ ਇੱਕ ਪਹਿਚਾਣ ਹੈ। ਕਾਫੀ ਸਾਰੇ ਦੋਸਤਾਂ ਨੇ ਸ਼ਾਇਦ ਕਿ ਕਿਸਾ ਬੜੀ ਮੁਹੱਬਤ ਵਾਲੀ ਸ਼ਖਸੀਅਤ ਚੌਧਰੀ ਪਹਿਲਵਾਨ ਅਰੁਣ ਸਾਹਿਬ ਔਰ ਚੌਧਰੀ ਰਮਜ਼ਾਨ ਗੋਸਵਾਨ ਸਾਹਿਬ ਚੌਧਰੀ ਨਾਸਰ ਨੈਕਸ ਖੜੀ ਇਹਨਾਂ ਤਮਾਮ ਦੋਸਤਾਂ ਦੀਆਂ ਬੜੀਆਂ ਮੁਹੱਬਤਾਂ ਚਿਰਾਗੀ ਗਰੁੱਪ ਵਾਲਿਆਂ ਨੇ ਵੀ ਇੱਕ ਸ਼ੇਰ ਮੈਂ ਕੌਮੀ ਜੱਟ ਭਾਈ ਦੀ ਮੁਹੱਬਤ ਨੇ ਵਿੱਚ ਲਿਖਿਆ। ਇਹਨਾਂ ਨੇ ਨਜ਼ਰ ਕਰਸਾਂ ਅੱਲਾ ਪਾਕ ਕੌਮੀ ਜੱਟ ਭਾਈ ਕੀ ਸ਼ਾਦੋ ਆਬਾਦ ਰੱਖਣ। ਕੌਮੀ ਜੱਟ ਭਾਈ ਕੈਮਰੇ ਨੇ ਸਾਹਮਣੇ ਆਓ ਇਹ ਯਾਦਗਾਰ ਜਿਹਨਾਂ ਮਾਤ ਨੂੰ ਅੱਲਾ ਤਾਲਾ ਸ਼ਾਦੋ ਆਬਾਦ ਰੱਖਣ। ਬੜੀਆਂ ਮੁਹੱਬਤਾਂ ਵਾਲੀ ਇਹ ਸ਼ਖਸੀਅਤ ਮੇਰੇ ਨਾਲ ਵੀ ਬੜਾ ਇਹ ਪਿਆਰ ਕਰ ਰਹੇ ਅੱਲਾ ਪਾਕ ਸ਼ਾਦੋ ਆਬਾਦ ਰੱਖਣ ਕਿ ਮੇਰੇ ਪਰ ਖਬਾਲ ਦਾ ਰਹਿਣ ਵਾਲਾ ਮਾਮੂ ਜੀ ਆ ਜਾਓ, ਲਾਲਾ ਚੌਧਰੀ ਅਮੀਨ ਸਾਹਿਬ ਤੁਸਾਂ ਵੀ ਆ ਜਾਓ। ਇਹ ਮੁਹੱਬਤਾਂ ਨੇ ਮੇਰੇ ਨਾਲ ਅੱਲਾ ਤਾਲਾ ਸ਼ਾਦੋ ਆਬਾਦ ਰੱਖਣ ਜੀ। ਸਾਡੇ ਬਾਈ ਤਾਈ ਇਸ ਮੁਹੱਬਤਾਂ ਨੇ ਲਾਏ ਕਾਮੀ ਜੱਟ ਸਾਹਿਬ ਵੱਖਰੇ ਖੰਬਾਲ ਮੇਰੇ ਪਰ ਜੀ ਇਹਨਾਂ ਨੇ ਮੁਹੱਬਤ ਨੇ ਵਿੱਚ ਲਿਖਿਆ ਸ਼ੇਰ ਕਿ ਮੇਰੇ ਪਰ ਖੰਬਾਲ ਦਾ ਰਹਿਣ ਵਾਲਾ ਹਰ ਬੰਦੇ ਨਾਲ ਕਰਦਾ ਪਿਆਰ ਯਾਰੋ ਖਾਤਰ ਯਾਰਾਂ ਤਲੀ ਤਾਂ ਜਾਨ ਰੱਖਦਾ ਐ ਵਫਾਦਾਰ 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 ਯਾਰੋ। ਦੋਸਤੋ ਮੇਰੇ ਪਰ ਖੰਬਾਲ ਦਾ ਰਹਿਣ ਵਾਲਾ ਹਰ ਬੰਦੇ ਨਾਲ ਕਰਦਾ ਪਿਆਰ ਯਾਰੋ ਖਾਤਰ ਯਾਰਾਂ ਤਲੀ ਤਾਂ ਜਾਨ ਰੱਖਦਾ ਐ ਵਫਾਦਾਰ 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 ਯਾਰੋ। ਯਾਰਾਂ ਨਾਲ ਹੈ ਵਾਹ ਗੁਲਾਬ ਦਿਸਣਾ ਨਾਲੇ ਕਰਦਾ ਇਹ ਮਿੱਠੀ ਗੁਫਤਾਰ ਯਾਰੋ ਬੜਾ ਲਜਪਾਲ ਇਨਸਾਨ ਨਾ ਕਿਨ ਰੋਗੀ ਕਾਮੀ ਜੱਟ ਹੈ ਯਾਰਾਂ ਨਾ ਯਾਰ ਯਾਰੋ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਅੱਲਾ ਪਾਕ ਸਾਰੇ ਦੋਸਤਾਂ ਭਰਾ ਵੀ ਸ਼ਾਦੋ ਆਬਾਦ ਰੱਖਣ। ਮੈਂ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਨਾ ਚੌਧਰੀ ਸ਼ਾਹਿਦ ਕੇਕੇ ਸਾਹਿਬ ਪਹਿਲਵਾਨ ਚੌਧਰੀ ਅਰੁਣ ਸਾਹਿਬ ਚੌਧਰੀ ਰਮਜ਼ਾਨ ਗੋਸਵਾਨ ਸਾਹਿਬ ਔਰ ਚੌਧਰੀ ਨਾਸਰ ਨੈਸ ਖੜੀ ਅੱਲਾ ਤਾਲਾ ਸਾਰੇ ਸ਼ਾਦੋ ਆਬਾਦ ਰੱਖਣ। ਸਾਡੇ ਮੋਹਤਰਮ ਰਾਜਾ ਅਬਦ ਸਾਹਿਬ ਫਖਰੇ ਨਕਸ਼ਾ ਟੋਨ ਤੁਸੀਂ ਨੂੰ ਆਪਣਾ ਸ਼ੁਕਰੀਆ ਚੌਧਰੀ ਰੋਵੇਲ ਜੱਟ ਆਲ ਮਕੀਮ ਯੂਕੇ ਤੁਸਾਂ ਨੇ ਪਿਆਰ ਹੋ ਦੋਸਤਾਂ ਦੀ ਸ਼ੁਕਰੀਆ ਜ਼ਿੰਦਾਬਾਦ ਜੀ। ਹਜ਼ਰਤ ਸ਼ਹੀਦਾਂ ਮੀਰਾ ਲਾਲ ਪਾਕ ਬਹਾਵਰ ਸ਼ੇਰ ਕਲੰਦਰ ਦੱਸੋ ਭੋਲੇ ਨੂੰ ਵਾਲੀਆਂ ਪਲ ਅੰਦਰ ਗੱਲਾਂ ਗੱਲਾਂ ਵਿੱਚ ਕੈਸਾ ਪਲਾਈ ਖੜਿਆ ਅੱਜ ਤੋਂ ਬਾਅਦ ਨੇ ਯਾਰੀ ਰਸੀਦ
वो
ਹਾਲ ਆਇਆ ਤਾਂ ਇਸਕੀ ਮਹਿਬੂਬ ਨੇ ਮਿਲਣੇ ਦੀ ਜਿਹੜੀ ਚਾਹਤ ਹੈ ਜਿਹੜੀ ਹੋਪ ਹੈ ਉਹ ਇਸ ਕਦਰ ਹੈ ਕਿ ਮੈਂ ਉਸਨੇ ਤੂੰ ਇੱਕ ਘੜੀ ਵੀ ਉਸ ਤੋਂ ਬਗੈਰ ਨਾ ਗੁਜ਼ਾਰੀ ਸਕਣਾ ਲੇਕਿਨ ਕਿਹਾ ਕਿ ਇਸ ਨਾ ਲੋਕਾਂ ਦੀ ਬੜਾ ਦੁੱਖ ਆ ਆਵਾਜ਼ ਕੀਤੀ ਆਖਿਆ ਖੁਸ਼ੀ ਹੋ ਪਾ
ਸਾਰੇ ਬਰਾਦਰ ਚੌਧਰੀ ਰੋਹਿਤ ਜੱਟ ਜਿਹੜੇ ਯੋਧੇ ਲੁੱਟਣ ਚਾਹੁੰਦੇ ਉਹਨਾਂ ਨੇ ਸੁਸ਼ੀ ਉਧਮ ਸਿੰਘ ਸ਼ੇਰ ਪੇਸ਼ ਕਰਨਾ ਉਸ ਪਾਸੇ ਆਪਣੀ ਮਰਜ਼ੀ ਨਾਲ ਦੋ ਦੋ ਚਾਰ ਚਾਰ ਸ਼ੇਰ ਤੁਸੀਂ ਦੋ ਸਿਧਾਰੀ ਦੱਸਾਂ ਬੜਾ ਖੁਸ਼ ਹੋ ਰਿਹਾ ਸ਼ੇਰ
ਸਾਡੇ ਬੜੇ ਪਿਆਰੇ ਭਾਈ ਜਨਾਬ ਬਸੇਰ ਸ਼ਹਿਜ਼ਾਦ ਸਾਹਿਬ, ਉਹਨਾਂ ਦੀ ਮੁਹੱਬਤ ਔਰ ਨਾਲ ਚੌਧਰੀ ਨਾਸਰ ਸਾਹਿਬ ਔਰ ਮੇਰੇ ਆਦਿਲ ਮੌਸਮ ਚੌਧਰੀ ਸ਼ਾਇਦ ਖਾਰਕ ਲਗਾ ਮੇਰੇ ਭਾਈ ਨਾਲ, ਇਹਨਾਂ ਦੀ ਮੁਹੱਬਤ ਨਾਲ ਇੱਕ ਸ਼ੇਰ ਮੈਂ ਇਹਨਾਂ ਦੀ ਨਜ਼ਰ ਕਰਨਾ। ਰਾਜਾ ਜਾਗੀਰ ਜੰਗੀ ਮੇਰੀ ਸਰੋਤਾ ਜ਼ਿਲ੍ਹਾ ਕੋਟਲੀ ਆਜ਼ਾਦ ਕਸ਼ਮੀਰ ਦਾ ਤਲਕਾ ਇਹ ਵਹਾਬ ਅਜ਼ਮਤ ਦੇ ਸ਼ੇਰ ਮੈਂ ਪੇਸ਼ ਕੀਤਾ। ਪਸੰਦ ਆਪਣੀ ਆਪਣੀ ਆਵਾਜ਼ ਕੀ ਆਖਿਆ। ਸਜਣਾ ਕੋਈ ਵੀ ਨਹੀਂ ਅਮਦੰਦ ਦਿਸਣਾ, ਸਜਣਾ ਕੋਈ ਵੀ ਨਹੀਂ ਅਮਦੰਦ ਦਿਸਣਾ, ਜਿਸ ਕੀ ਦੰਦ ਸੋਨਾ ਇਹ ਮਸ਼ਵਰਾ ਜਿਹੜਾ ਲੱਭਣਾ ਮੈਂ
خوبصورت شیر پیش ہویا اس شیر کے سرمیا میرے بزرگ دے سبحان صدیق بھائی تلکار کوٹھڑی آزاد کشمیر نال بڑی خوبصورت کی صدا لکھائیں گے
ਰਾਜਾ ਮਨਸੂਰ ਅਹਿਮਦ ਨਜਫ ਖੇਲਵੀ ਉਹਨਾਂ ਨੂੰ ਮੈਂ ਸਾਥੀਆਂ ਦੀ ਨਜ਼ਰ ਕਰਦਾ ਅੱਛਾ ਕਿ ਕੋਈ ਐਸਾ ਬੰਦਾ ਹੈ ਜਿਹੜਾ ਮਾਰੇ ਦਿਲ ਕੀ ਸਮਝ ਆਇਆ ਕਿਉਂਕਿ ਲੋਕ ਯਹਾਂ ਸੀਨੇ ਸੇ ਸੀਨਾ ਲਗਾ ਕਰ ਕਲੇਜਾ ਨਿਕਾਲ ਲੈਂਦੇ ਹੈ ਆਖਿਆ ਮਹਿਬੂਬ ਕੁਆਰੀਆਂ ਬੇ ਰੁਕੀਆਂ ਤੱਕੀ ਤੈ ਮੈਂ ਆਖਣਾ ਕਿ ਤੂੰ ਵੀ ਭੁਲਾ ਲੇ ਦਿਲ ਕੇ ਆਖਣਾ ਕਿ ਹਰ ਵਾਰੀ ਤੁਹਾਡੀ ਯਾਦ ਹੀ ਰਹਿਣਾ ਆਵਾਜ਼ ਕੀਤੀ ਆਖਿਆ
ਬੱਚਾ ਨੇ ਬੋਲ ਕੇ ਸਾਂ ਬੋਲ ਵਿਸ਼ਕਸਾ ਦੋਸਤਾਂ ਨੂੰ ਚਾਹਦਾ ਮੇਰੇ ਬਾਈ ਅਗਲਾ ਚੀਫ ਗੈਸਟ ਮੇਰੇ ਬਾਈ ਚੌਧਰੀ ਅਰੁਣ ਪਰਵਾਰ ਮੇਰੇ ਬਾਈ ਮੁਰਸ਼ਦ ਮਹਾਜਨ ਡਾਕਟਰ ਲਿਆਰ ਸਾਹਿਬ ਮੇਰੇ ਬਾਈ ਕੇਂਦਰੀ ਅਰਸ਼ਦ ਐਸ ਕੇ ਟੇਲਰ ਮੇਰੇ ਬਾਈ ਚੌਧਰੀ ਤਮਰੇ ਖਾਨ ਸਫਰੀ ਮੁਫਤੀ ਔਰ ਖੁਸੂਸਾਨ ਮੇਰੇ ਬਾਈ ਚੌਧਰੀ ਰਹਿਲ ਜਾਤ ਜਿਸੇ ਲੁੱਟਣ ਨੇ ਅੰਦਰ ਆਉਣੇ ਉਹਨਾਂ ਨੇ ਖੁਸ਼ੀ ਮੁਹੰਮਦ ਮੇਰੇ ਬਾਈ ਚੌਧਰੀ ਸ਼ਾਹਿਦ ਦੇਖੇ ਇਹਨਾਂ ਵਿੱਚ ਚੱਸ ਨਾਲ ਮੇਰੇ ਬਾਈ ਨਾਇਕ ਨਾਗਰ ਨੂਰ ਇਲਮ ਅਸਲ ਕੋਟਲੀ ਮੇਰੇ ਬਾਈ ਸਰਦਾਰ ਅੰਸਰ ਸਰਜਈ ਸਰਦਾਰ ਸ਼ਾਮਾ ਬਾਸ ਸਾਊਦੀ ਅਰਬ ਨੇ ਅੰਦਰ ਆਉਣੇ ਸਰ ਬਰਾਦਰ ਮਲਕ ਅਸਲਾਤ ਰਾਈ ਸਰਦਾਰ ਤਾਹਿਰ ਮੇਰੇ ਬਾਈ ਮਲਕ ਤਾਹਿਰ ਇਹਨਾਂ ਪੁਰਾਣੀ ਮੁਹੱਬਤ ਨੇ ਨਾਲ ਚੱਲ ਕੇ ਬੋਲ ਕੇ ਸੁਣੇ ਆ ਚੱਲ ਬੋਲ ਪੁਸ਼ਕਰ ਸਾਂ ਲਿਖਣਾ ਤਾਂ ਲਿਖਾਂਗੇ
ਦੇ ਸਰਾਂ ਉਸ ਸਮਾਂ ਫਰੀਦ ਦੀ ਗੱਲ ਕਰਦਾ ਰਾਜ ਦੇ ਸਰਾਂ ਸੁਦਰਸ਼ਾ ਵਰਗਾ
ਦੱਸਣ ਭਾਈ ਜੀ ਰਾਜ ਨੇ ਚੀਫ ਜਸਟਿਸ ਚੌਧਰੀ ਅਮਰਦਾਸ ਫਰਾਰ ਇਹਨਾਂ ਦੀ ਮੁਹੱਬਤ ਮੇਰੇ ਭਾਈ ਚੌਧਰੀ ਅਰੁਣ ਬਲਵਾਨ ਸਾਰੀ ਵਗਨ ਦੀ ਮੁਹੱਬਤ ਨਾਲ ਜਦੋਂ ਬੋਲਦੇ ਸੁਣਿਆ ਉਸ ਤੋਂ ਬਾਅਦ ਫਿਰ ਆਪਣੀ ਗੱਲ ਪੇਸ਼ ਕਰਸਾ ਦੋਸਤਾਂ ਵੱਲੋਂ ਯਾਦ ਰੱਖੋ ਆਵਾਜ਼ ਵੀ ਆਖਿਆ ਗਏ ਆਖਿਆ ਯਾਰ ਜਦੋਂ ਮਰਾ ਰਾਜਾ ਬਾਬਰ ਆਲ ਚਰਾਵੀ ਗਰੁੱਪ ਜੀ ਮੁਰਸ਼ਦ ਮਾਜਦ ਸਾਹਿਬ ਸਾਡੇ ਭਾਈ ਇਹਨਾਂ ਨੇ ਚੱਕਣਾ ਆਵਾਜ਼ ਵੀ ਅੱਗੇ ਆ ਕੇ ਤੇਰਾ ਸੇਰਾ ਗਾਵਣ ਆਇਆ ਇੱਕ ਬੰਦੇ ਦਾ ਦਿਲ ਨਾ ਜਾਵੇ ਸਭ ਦੇ ਕੰਮ ਰਹਿੰਦਾ
ਅਰਦਾਸ ਕੀਤੀ ਆਖਿਆ ਚੌਧਰੀ ਅਮਜਦ ਸਾਹਿਬ ਚੌਧਰੀ ਬਨਾਰਸ ਸਾਹਿਬ ਉਸਤਾਦ ਭੋਲਾ ਸਾਹਿਬ ਐਸ ਕੇ ਟੇਲਰ ਔਰ ਚੌਧਰੀ ਅਰੁਣ ਸਾਹਿਬ ਇਹਨਾਂ ਦੀ ਮੁਹੱਬਤ ਔਰ ਖਸੂਸੀ ਮੁਹੱਬਤ ਸਾਡੇ ਸਾਊਂਡ ਆਪਰੇਟਰ ਜੁਨੇਦ ਬਾਦ ਸਾਹਿਬ ਉਹਨਾਂ ਦੀ ਮੁਹੱਬਤ ਨਾਲ ਇਸ ਮੈਂ ਜ਼ਬਰ ਸਰਕਾਰ ਨਾਲ ਸਾਥੀਆਂ ਦੀ ਨਜ਼ਰ ਕਰਨਾ ਆਵਾਜ਼ ਕੀਤੀ ਆਖਿਆ ਮੇਰਪੁਰੀ ਰਾਜਾ ਸ਼ਕੀਲ ਸਮਾਣੀ ਤੋਂ ਲਖਪਾਲ ਗੁਰੂ
ਮਲਕ ਅਸੀਮ ਨਗਿਆਲ ਮਲਕ ਸਮੀਰ ਨਗਿਆਲ ਜੀ ਮਲਕ ਅਸਾਨ ਦੁਬਈ ਜੋਣੇ ਮਲਕ ਸ਼ਾਹ ਫਕਰੇ ਨਗਿਆਲ ਖਾਲਕ ਚੌਧਰੀ ਬਗੈਰ ਚੌਧਰੀ ਸੜਕ ਪਈ ਅੱਲਾ ਪਾਕ ਉਸਕੀ ਜਵਾਬ ਰਹਿਮਤ ਜੀ ਦਾ ਫਰਮਾਨ ਭਾਈ ਵਕਾਸ ਉਸੀ ਯਾਦ ਕਰ ਰਹੇ ਹੋਏ ਅਗਲੇ ਬੋਲ ਕੇ ਸੁਣਨਾ ਫਿਰ ਇੰਨੀ ਗੱਲ ਕੇ ਸਿਰ ਸਾ ਬਿਹਤਰ ਨਾ ਵੀ ਲੱਗੇ ਦੋਸਤਾਂ ਬਰਾਬਰ ਹੋ ਜਾਵੇ ਆਵਾਜ਼ ਦੀ ਆਖਿਆ ਕੇ ਸਾਰੇ ਦੋਸਤਾਂ ਨੇ ਮੁਹੱਬਤ ਮੇਰੇ ਭਾਈ ਜੋ ਵੀ ਕਮਰੇ ਸਾਹ ਫਤਿਲ ਕੋਤੀ ਮੇਰੇ ਭਾਈ ਗੁਰਦੁਆਰੀ ਅਸਲਾਮ ਸਾਹਿਬ ਜਿਹੜਾ ਜੀ ਸਾਰੇ ਦੀ ਮੁਹੱਬਤ ਨਾਲ
ਜਮਾਨੇ ਚ ਦੋ ਦੋ ਬੋਲ ਸਾਥੀਆਂ ਦੀ ਨਜ਼ਰ ਕਰ ਰਹੇ ਆ ਔਰ ਫਿਰ ਸਾਥੀਆਂ ਕੋਲ ਇਜਾਜ਼ਤ ਕਰ ਸਕਦੇ ਸਾਥੀ ਜਿਹੜੇ ਚਿਰਾਗੀ ਗਰੁੱਪ ਉਹਨਾਂ ਦੇ ਮੁਹੱਬਤ ਨਾਲ ਇੱਕ ਦੋ ਬੋਲ ਮੈਂ ਸਾਥੀਆਂ ਦੇ ਨਜ਼ਰ